ਬਜ਼ੁਰਗੋ ਕਿਵੇਂ ਆਪ ਠੀਕ ਹੈ ਅੱਛਾ ਬਜ਼ੁਰਗੋ ਇੱਥੇ ਜਿਹੜੀ ਸ਼ਾਹੀ ਰਹਿੰਦੀ ਸੀ ਉਹ ਕਿੱਥੇ ਦੀ ਉਹਦਾ ਨਹੀਂ ਪਤਾ ਭਾਈ ਨਹੀਂ ਪਤਾ ਅੱਛਾ ਤੁਸੀਂ ਇਹ ਦੱਸੋ ਕਿ ਉਹਨੂੰ ਇੱਥੋਂ ਲੈ ਕੇ ਗਏ ਸੀ ਕੁਝ ਮੀਡੀਆ ਵਾਲੇ ਲੋਕ ਲੈ ਗਏ ਸੀ ਘਰ ਰੱਖਣ ਵਾਸਤੇ ਕਿ ਜੀ ਉਹਨੂੰ ਘਰ ਦਿੱਤਾ ਕੱਪੜੇ ਦਿੱਤੇ ਸਭ ਕੁਝ ਦਿੱਤਾ ਤੇ ਉਹ ਤੋਂ ਫਿਰ ਫਰਾਰ ਹੋ ਕੇ ਆ ਗਈ ਉਹ ਕੀ ਚਾਹੁੰਦੀ ਹੈ ਇਹਦਾ ਤੁਹਾਨੂੰ ਪਤਾ ਹੈ ਜਿਨ੍ਹਾਂ ਦਾ ਹੈ ਦੇਖੋ ਅਸੀਂ ਤਾਂ ਲੈ ਕੇ ਗਏ ਸੀ ਉਹਨੂੰ ਘਰ ਰੱਖਿਆ ਸੀ ਉਹਨੂੰ ਕੱਪੜੇ ਦਿੱਤੇ ਗਏ ਨੇ ਕੁਝ ਸਾਡੇ ਸਹਾਫੀ ਬਾਈ ਸੀ ਜਿਨ੍ਹਾਂ ਇਹ ਮਾਜੇ ਟੀਵੀ ਔਰ ਵਾਜੇ ਟੀਵੀ ਵਾਲਿਆਂ ਨੇ ਉਹਨਾਂ ਨੂੰ ਇੱਥੇ ਲੈ ਕੇ ਗਏ ਇੱਥੋਂ ਔਰ ਦੂਸਰੇ ਦਿਨ ਤਿੰਨ ਦਿਨ ਉਹਨਾਂ ਕੋਲ ਰਹੀ ਹੈ ਤਾਂ ਫਰਾਰ ਹੋ ਗਏ ਉਥੋਂ ਹਰ ਚੀਜ਼ ਦਿੱਤੀ ਉਹਨੂੰ ਅੱਲੇ ਬਿਹਤਰ ਜਾਣਦਾ ਯਾਰ ਉਹ ਇਸ ਟਾਈਮ ਮੈਂ ਤਾਂ ਭੱਜ ਗਈ ਹੈ ਬਸ ਆ ਨਹੀਂ ਰਹੀ ਇੱਥੇ ਆ ਨਹੀਂ ਰਹੀ ਨਹੀਂ ਕਦੋਂ ਦੀ ਨਸ਼ੇ ਲੋ ਦੇ ਮੈਨੂੰ ਨਹੀਂ ਪਤਾ ਬਾਅਦ ਮੈਂ ਲੰਘਦੀ ਲੰਘਦੀ ਸੀ ਤਾਂ ਵੇਖ ਲੈਂਦਾ ਸੀ ਤੱਕ ਲੋਕ ਲੇਕਿਨ ਅੱਗੇ ਨਹੀਂ ਪਤਾ ਮੈਨੂੰ ਕਿ ਜ਼ਿਆਦਾ ਮੈਂ ਕੀ ਇਹ ਜੋ ਗੰਦੀ ਚੀਜ਼ਾਂ ਹੈ ਮੈਨੂੰ ਬਤਾਏ ਸ਼ਹੀਨ ਗਜਰੇ ਵਾਲੀ ਹਮਨੇ ਲੱਖ ਰੁਪਏ ਉਸਕੋ ਡੋਨੇਟ ਕੀਆ ਯਹਾਂ ਪੇ ਵੋ ਸੋਤੀ ਥੀ ਹੈ ਯਹਾਂ ਪੇ ਵੋ ਨਸ਼ਾ ਕਰਤੀ ਥੀ ਯਹਾਂ ਪੇ ਵੋ ਮਰਦੋ ਕੇ ਸਾਥ ਸੋਤੀ ਰਹੀ ਹੈ ਮੈਨੂੰ ਬਤਾਏ ਹਮ ਪਾਗਲ ਹੈ ਹਮਾਰਾ ਮਾਸ਼ਰਾ ਪਾਗਲ ਹੈ ਹਮ ਇਸ ਤਰ੍ਹਾਂ ਕੀ ਲੜਕੀ ਕੋ ਡੋਨੇਟ ਕਿਉਂ ਕਰਤੇ ਰਹੇ ਬੱਚਾ ਉਹਦੇ ਨਾਲ ਗਿਆ ਸੀ ਉਹਦੇ ਘਰ ਜਦੋਂ ਅਸੀਂ ਮੀਡੀਆ ਵਾਲੇ ਨੂੰ ਘਰ ਆਪਣੇ ਲੈ ਕੇ ਗਏ ਨੇ ਉਦੋਂ ਘਰ ਲੈ ਕੇ ਗਈ ਸੀ ਬੱਚਾ ਨਾਲ ਲੈ ਕੇ ਗਈ ਸੀ ਉਦੋਂ ਕਿੱਥੇ ਗਿਆ ਬੱਚਾ ਬੱਚੇ ਦਾ ਬੱਚਾ ਉਹਦਾ ਪਤਾ ਨਹੀਂ ਕਿੱਧਰ ਲੈ ਗਈ ਨਾਲ ਹੀ ਸੀ ਉਹ ਉਹਦਾ ਆਪਣਾ ਬੱਚਾ ਹੈ ਜਾਂ ਕਿਸੇ ਦਾ ਕਿਸੇ ਦਾ ਆਪਣਾ ਨਹੀਂ ਹੈ ਨਹੀਂ ਆਪਣਾ ਨਹੀਂ ਹੈ ਹੁਣ ਇਸ ਟਾਈਮ ਉਹ ਕਿੱਥੇ ਰਹਿ ਰਿਹਾ ਇਹਦਾ ਕੋਈ ਪਤਾ ਨਹੀਂ ਭਾਈ ਨਹੀਂ ਉਹ ਫਰਾਰ ਹੋ ਗਿਆ ਫਿਰ ਦੁਬਾਰਾ ਇੱਥੇ ਆ ਗਈ ਸੀ ਹੁਣ ਕਿੱਥੇ ਰਹਿ ਨਹੀਂ ਉਹ ਕੱਲ ਪਰਸੋਂ ਤੇ ਹੀ ਲਾਇਆ ਜਿਉਂ ਚੱਕਰ ਉਹ ਭੱਜੀ ਕਰਨੋਂ ਆਈ ਹੈ ਅੱਛਾ ਉਹਦੀ ਭੱਜ ਗਈ ਉਹ ਨਹੀਂ ਭੱਜੀ ਅੱਛਾ ਉਹਦੇ ਨਾਲ ਇੱਥੇ ਕੌਣ ਕੌਣ ਰਹਿੰਦਾ ਸੀ ਹੋਰ ਹੋਇਆ ਨਹੀਂ ਪਤਾ ਉਹਦੇ ਨਾਲ ਇੱਕ ਮੁੰਡਾ ਸੀ ਅੱਛਾ ਬਸ ਉਹ ਜਿਹੜਾ ਵੱਡਾ ਬੰਦਾ ਮੁੰਡਾ ਸੀ ਉਹ ਕਹਿ ਰਿਹਾ ਸੀ ਕਿ ਜੀ ਮੇਰਾ ਹਸਬੰਡ ਹੈ ਲੇਕਿਨ ਆਪਣੀ ਬੇਟੀ ਬਣਾਇਆ ਇੱਕ ਹਵਾ ਕੀ ਬੇਟੀ ਮੈਂ ਕਹਤਾ ਹਾਂ ਕਿ ਸ਼ਾਹੀਨ ਕਾ ਇੱਕ ਬਾਲ ਹਵਾ ਕੀ ਬੇਟੀ ਹਮਾਰੇ ਲਈ ਕਾਬਲੇ ਰਿਸਪੈਕਟ ਹੈ ਲੇਕਿਨ ਉਸਨੇ ਹਮਾਰੀ ਤਜੀਆਂ ਉਡਾ ਕੇ ਰੱਖ ਦੀ ਤੋ ਜਿਹੜਾ ਉਹ ਲੜਕਾ ਨਾਲ ਰਹਿੰਦਾ ਉਹਦੇ ਨਾਲ ਸੌਂਦਾ ਵੀ ਹੈ ਉਹਦੇ ਬਿਸਤਰੇ ਵਿੱਚ ਸੌਂਦਾ ਉਹ ਕੌਣ ਹੈ ਉਹ ਹੁੰਦਾ ਕੋਈ ਯਾਰ ਹੋਏਗਾ ਉਹ ਤਾਂ ਕਹਿੰਦੀ ਕਿ ਮੇਰਾ ਹਸਬੰਡ ਮੇਰਾ ਖਾਵੰਦ ਹੈ ਹਸਬੰਡ ਨਹੀਂ ਹੈ ਹੁੰਦਾ ਖਾਵੰਦ ਨਹੀਂ ਨਹੀਂ ਐਸੀ ਕੋਈ ਬਾਤ ਨਹੀਂ ਐਸੀ ਕੋਈ ਬਾਤ ਨਹੀਂ ਤੋ ਜੋ ਛੋਟਾ ਬੱਚਾ ਤਾਂ ਉਹ ਕੌਣ ਹੈ ਬੱਚਾ साथ एक बच्चा भी था वो उस घर में मेरे भाइयों के घर में जो ना लेके गई थी छोटा बच्चा भी लेके गई थी उसको वो उसके साथ था और साथ ही वापस लेके आई है बच्चे ने नहीं पता भाई हमने इतना डोनेट करवाया मैं कहता हूँ कि मेरे पास अल्फाज नहीं है देखे इधर वो सोती थी इधर सोती थी नशा उसने दिन रात करना था ये जो बच्चा भी हमारे पास है खड़ा उससे भी आप मेरे बाद में रिव्यू ले लेना तो हमें भी नहीं पता कि उसके शादी उसने की हुई थी या नहीं की हुई थी लेकिन उसके साथ ही रहती थी वो कब से इधर रह रहे वो उसको चार पाँच साल हो गए इधर चार पाँच साल हो गए हाँ अच्छा मुझे ये बताओ कि वो कह रही है कि जी मेरा यहाँ पे एक वालद भी है उसके वालद भी यहाँ पे मौजूद थे नहीं उसके वालदा वालद फौत हुए हुए थे हमें बताती थी और वालदा है वो घर रखते नहीं है उसको वालद उसका फोत हुआ है और जो वालदा है रखती नहीं है वो रखती नहीं है हाँ छोड़ देते हैं उसको कभी कहती है मेंटल हॉस्पिटल में छोड़ देते हैं कभी कहीं छोड़ देते हैं ये ऐसे में कहती थी अच्छा फरोखत भी करती और नशा करती भी है सिगरेट पींदी है वेख्या भाई अगला अल्लाह से बेहतर ही जानता है कि वेचती भी है कि पींदी है हाँ सिगरेट पींदी है वेख्या सिगरेट पींदा वेख्या ਇਹ ਨਹੀਂ ਪਤਾ ਕਿ ਸਿਗਰਟ ਵਿੱਚ ਨਸ਼ਾ ਜਾਂ ਨਹੀਂ ਹਾਂ ਇਹ ਨਹੀਂ ਪਤਾ ਨਾ ਉਹ ਬੰਦਾ ਇਧਰ ਹੈ ਨਾ ਉਹ ਸ਼ਹੀਰ ਇਧਰ ਹੈ ਸਿਰਫ ਨਸ਼ਾ ਹੀ ਨਸ਼ਾ ਔਰ ਫੂਲ ਪੜੇ ਮੈਨੂੰ ਬਤਾਏ ਫੈਸਲਾ ਆਪ ਕਰੇ ਬਸ ਖੜੇ ਹੋਤੇ ਕਭੀ ਕਭੀ ਸਲਾਮ ਦੁਆ ਹੋ ਜਾਤੀ ਸੀ ਲੇਕਿਨ ਜ਼ਿਆਦਾ ਹਮ ਉਸਕੇ ਸਾਥ ਬੈਠਤੇ ਦੇ ਨਾ ਖੜੇ ਹੋਤੇ ਥੇ ਫਿਰ ਆਪ ਕਿਸ ਤਰ੍ਹਾਂ ਕਹਿ ਸਕਦੇ ਹੈ ਬਜ਼ੁਰਗੋ ਕਿ ਉਹ ਨਸ਼ਾ ਨਹੀਂ ਕਰਤੀ ਸ਼ਾਇਦ ਉਹ ਨਸ਼ਾ ਕਰਤੀ ਹੋ ਉਹੀ ਤਾਂ ਤੁਹਾਨੂੰ ਕਹਿ ਰਹੇ ਕਿ ਸਿਗਰਟ ਪੀਂਦੀਆਂ ਤਾਂ ਅਸੀਂ ਵੇਖਿਆ ਭਾਈ ਆ ਬਸ ਐਨੀ ਆਤੀ ਕਰੇ ਇਹ ਨਹੀਂ ਪਤਾ ਕਿਨੋਂ ਦੀ ਰਹਿ ਰਹੀ ਹੈ कभी उसने बुला लिया ठीक है नहीं तो चले जाते थे नाज़रीन ये देखें कि लिबर्टी मार्केट के अंदर जो लोग मौजूद हैं वो यही बोल रहे हैं कि जी यहाँ पे रहती थी और उसके साथ जो बंदा था वो कह रहा था
सिर्फ और सिर्फ के वो नशा करती थी और जो उसका बंदा था ना वो साथ जो हस्बैंड कहती है वो बंदा उसका हस्बैंड नहीं है कि सब ये कह रहे हैं कि यहाँ पे वो रहती थी उसका वो खामद नहीं है वो नशा करती है जो भी है आपने सुन लिया। तो इसी के साथ अपने मेज़बान यहाँ सबको इजाज़त दीजिएगा और तुम पाकिस्तान को सब्सक्राइब लाजमी कीजिएगा, हमारी वीडियो को ज़्यादा से ज़्यादा शेयर करें, इंशाल्लाह हम नई से नई वीडियो आप तक ज़रूर पहुँचाएँगे। अल्लाह हाफिज़।